ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ, ਰੁਖ ਕਰੀਏ ਗੁਰਦਾਸਪੁਰ ਦਾ। ਗੁਰਦਾਸਪੁਰ ਦੇ ਵਿੱਚ ਕਹਿੰਦੇ ਫੇਰ ਬੇਅਦਬੀ ਦੀ ਘਟਨਾ ਵਾਪਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਫਟੀ ਹੋਈ ਹਾਲਤ ਦੇ ਵਿੱਚ ਮਿਲੇ ਨੇ ਜੀ। ਪ੍ਰਵੀਨ ਜੀ, ਪਤਾ ਨੀ ਕਿ ਇਹ ਮਾਨਸਿਕ ਰੋਗੀ ਹਾਂਜੀ ਜਾਂ ਸਾਜ਼ਿਸ਼ ਘਾੜੇ ਕਿੱਥੋਂ ਆਉਂਦੇ ਨੇ। ਆ ਪਿਛਲੇ ਚੰਦ ਦਿਨ ਪਹਿਲਾਂ ਦੀ ਗੱਲ ਆ ਜੀ, ਪੰਜਾਬ ਦੇ ਇੱਕ ਪਿੰਡ ਦੇ ਗੁਰੂ ਘਰ ਚ ਘਟਨਾ ਸਾਹਮਣੇ ਆਉਂਦੀ ਆ। ਪਿੰਡ ਦਾ ਹੀ ਮੁੰਡਾ, ਠੀਕ ਹੈ ਜੀ, ਤੇ ਉਹ ਮੁੰਡਾ ਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ, ਪ੍ਰਕਾਸ਼ ਕੀਤਾ ਜਾਂਦਾ ਜਿੱਥੇ, ਉੱਥੇ ਉਹਨਾਂ ਦਾ ਸੁੱਖ ਆਸਨ ਕੀਤਾ ਹੋਇਆ ਸੀ। ਤੇ ਉਸ ਦੇ ਦੌਰਾਨ ਜਾ ਕੇ ਜੀ ਉਹ ਕਹਿੰਦੇ ਜੀ ਪਾਲਕੀ ਦੇ ਉੱਪਰ ਚੜ ਕੇ ਬੈਠ ਗਿਆ, ਲੋਕਾਂ ਨੇ ਛਿੱਤਰ ਮਾਰ ਕੇ ਥੱਲੇ ਲਾਇਆ ਜੀ। ਤੇ ਆਹ ਹੁਣ ਤਾਜ਼ੀ ਘਟਨਾ ਗੁਰਦਾਸਪੁਰ ਦੇ ਖੇਤਰ ਤੋਂ ਸਾਹਮਣੇ ਆ ਰਹੀ ਹੈ ਜੀ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ, ਕਸਬਾ ਪੈਂਦਾ ਆਪਾਂ ਕਹਿੰਦੇ ਹਾਂ ਨਾ, ਬ੍ਰਹਮਪੁਰਾ ਜੀ, ਹੈ ਨਾ। ਬ੍ਰਹਮਪੁਰੇ ਦੇ ਵਿੱਚ ਮਤਲਬ ਛੇਵੀਂ ਪਾਤਸ਼ਾਹੀ ਉਹਨਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ ਜੀ ਉਹ ਧਰਤੀ, ਤੇ ਉੱਥੇ ਗੁਰੂ ਘਰ ਉਹਨਾਂ ਦੀ ਗੁਰੂ ਸਾਹਿਬ ਦੀ ਯਾਦ ਚ ਬਣਿਆ ਹੋਇਆ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕਿ ਅੰਦਰ ਪਾਲਕੀ ਤੋਂ ਉਹ ਜਿਹੜਾ ਮਤਲਬ ਕਿ ਉਹ ਅੰਗ ਨੇ ਉਹ ਵੱਖੋ ਵੱਖ ਪਵਿੱਤਰ ਅੰਗ ਖੰਡਾਏ ਹੋਏ ਨੇ, ਹੈ ਨਾ, ਰੁਮਾਲਾ ਬਖੇਰ ਕੇ ਪਰੇ ਸਿੱਟਿਆ ਹੋਇਆ। ਤੇ ਮਸਲਾ ਇਹ ਹੋਇਆ ਜੀ ਕਿ ਉੱਥੇ ਗੁਰੂ ਘਰ ਦੀ ਚੱਲ ਰਹੀ ਹੈ ਮੁਰੰਮਤ ਦਾ ਕੰਮ, ਠੀਕ ਹੈ ਨਾ, ਜਾਂ ਮਤਲਬ ਕਿ ਮੁੜ ਤੇ ਨਿਰਮਾਣ ਦਾ ਕੰਮ, ਹੈ ਨਾ। ਉਸ ਚੱਕਰ ਦੇ ਵਿੱਚ ਉਹਦੇ ਸੀਸੀਟੀਵੀ ਕੈਮਰੇ ਲਾ ਕੇ ਰੱਖੇ ਹੋਏ ਤੇ ਜੀ ਕੈਮਰੇ ਚੱਲ ਨੀ ਰਹੇ ਸੀ, ਇਸ ਲਈ ਹੁਣ ਸ਼ੰਕੇ ਸ਼ੋਭੇ ਤਾਂ ਹੈਗੇ ਕਿ ਆ ਦੋ ਤਿੰਨ ਬੰਦੇ ਉਸ ਸਮੇਂ ਚ ਗਏ ਜਾਂ ਆਏ। ਸੋ ਇਹਦੀ ਹੁਣ ਪੁਲਿਸ ਨੇ ਜਾਂਚ ਵੀ ਕਰ ਰਹੀ ਹੈ, ਪੁਲਿਸ ਉੱਥੇ ਗੰਭੀਰਤਾ ਨਾਲ ਵੀ ਮਾਮਲਾ ਦੇਖ ਰਹੀ ਹੈ, ਪਰ ਇਹ ਸਾਰਾ ਕੁਝ ਹੁਣ ਘਟਨਾ ਵਾਪਰਨ ਤੋਂ ਬਾਅਦ ਹੈ। ਗੱਲ ਤਾਂ ਇਹ ਹੈ ਜੀ ਕਿ ਮਤਲਬ ਕਿ ਹੁਣ ਬੰਦਾ ਕੀ ਇਸ ਚੌਕਸੀ ਤੇ ਆ ਜਾਵੇ ਜੀ, ਕੀ ਬੰਦਾ ਇਹ ਸੋਚ ਸਕਦੇ ਆ ਸਾਡੇ ਵਰਗੇ ਬੰਦੇ ਕਿ ਹਾਂ ਕੋਈ ਇਸ ਹੱਦ ਤੱਕ ਲੋਕ ਗਿਰ ਸਕਦੇ ਆ। ਇੱਕ ਬੜੀ ਫਿਕਰਮੰਦੀ ਵਾਲੀ ਗੱਲ ਹੈ, ਜਾਂ ਇਹਦੇ ਪਿੱਛੇ ਕੀ ਇਹ ਉਹੀ ਮੇਰੇ ਬਾਰ ਬਾਰ ਉਹ ਤੂਤਾਂ ਵਾਲਾ ਖੂਹ ਯਾਦ ਆ ਜਾਂਦਾ ਜਦੋਂ ਅਜਿਹੀਆਂ ਘਟਨਾ ਵਾਪਰਦੀਆਂ ਨੇ ਕਿ ਉਹ ਵਰਤਾਰਾ ਨਹੀਂ ਰੁਕਦਾ ਪ੍ਰਵੀਨ ਜੀ, ਕਿ ਹਾਂ ਮੰਦਿਰ ਚ ਗਊ ਦੀ ਪੂੰਛ ਸਿੱਟ ਦਿਓ ਤੇ ਮਸਜਿਦ ਚ ਸੂਰ ਦਾ ਮਾਸ ਸਿੱਟ ਦਿਓ ਤੇ ਲੜਾਓ, ਤੇ ਅੱਜ ਵੀ ਅਸੀਂ ਉਸੇ ਸਥਿਤੀ ਚ ਖੜੇ ਹਾਂ ਇੰਨੇ ਸਾਲਾਂ ਬਾਅਦ ਵੀ। ਸੋ ਇਹ ਕੌਣ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦਾ, ਇਹਦੇ ਵਿੱਚੋਂ ਕੀ ਹਾਸਲ ਹੋਊਗਾ, ਇਹੀ ਜਿਹੀ ਕੁਰਸੀ ਚੋਂ ਕੀ ਹੈ ਰਾਜਨੀਤੀ ਚ ਜਿਹੜਾ ਧਰਮ ਦੀ ਆੜ ਲੈ ਕੇ ਧਰਮ ਦਾ ਪਾੜਾ ਪਵਾ ਕੇ ਧਾਰਮਿਕ ਮਤਲਬ ਭਾਵਨਾ ਨੂੰ ਖਿਲਵਾੜ ਕਰਕੇ ਉਹਨੂੰ ਲੀਰੋ ਲੀਰ ਕਰਕੇ ਸਾਡੇ ਪਾਵਨ ਗ੍ਰੰਥਾਂ ਨੂੰ ਠੇਸ ਪਹੁੰਚਾ ਕੇ ਉਹ ਤੋਂ ਬਾਅਦ ਜਿਹੜੀ ਸੱਤਾ ਹਾਸਲ ਹੋ ਕੀ ਹੈ, ਸੱਤਾ ਹਾਸਲ ਕਰਨ ਲਈ ਹੈ ਜਾਂ ਇਹ ਧਾਰਮਿਕ ਪਾੜਾ ਵਧਾਉਣ ਲਈ ਹੈ, ਜਾਂ ਇਹ ਕਮਲੇ ਲੋਕ ਸੱਚਮੁੱਚ ਇੰਨੇ ਕਮਲੇ ਹੋ ਗਏ ਪੰਜਾਬ ਚ ਲੋਕ, ਸੋ ਫਿਰ ਸਾਰੇ ਕਮਲਿਆਂ ਦੇ ਟੈਸਟ ਕਰਾ ਕੇ ਅੰਦਰ ਦਿਓ ਇਹੋ ਜਿਹਾ ਨੂੰ, ਸੋ ਬਾਹਰ ਕਿਉਂ ਤੁਰੇ ਫਿਰਦੇ ਆ ਜੀ। ਸੋ ਇਹ ਬਹੁਤ ਗੰਭੀਰ ਮਾਮਲਾ ਹੈ ਇਸ ਮਸਲੇ ਤੇ, ਉਸ ਪਿੰਡ ਦੇ ਵਿੱਚ ਵੀ ਇਹ ਤਣਾਅ ਵਾਲਾ ਮਾਹੌਲ ਹੈ, ਇਲਾਕੇ ਚ ਵੀ ਤਣਾਅ ਵਾਲਾ ਮਾਹੌਲ ਹੈ, ਤੇ ਪੁਲਿਸ ਆਪਣੀ ਕਾਰਵਾਈ ਜਿਹੋ ਜਿਹੀ ਪਾਉਣੀ ਹੈ ਜਿਹੋ ਜਿਹੀ ਪਾ ਰਹੀ ਹੈ ਪ੍ਰਵੀਨ ਜੀ। ਜੀ ਜੀ,